ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਵਿਮਨ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਮੈਂ ਹਾਂ ਕੁਸਮ ਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਵਧੀਆ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਤੇ ਜਿਹੜੇ ਮੁੱਦੇ ਦੇ ਉੱਪਰ ਗੱਲ ਕਰਨੀ ਉਹ ਮੁੱਦਾ ਕਾਫੀ ਸੰਜੀਦਾ। ਤੁਸੀਂ ਵੀ ਅੱਜ ਬਹੁਤ ਸੰਜੀਦਾ ਨਜ਼ਰ ਆ ਰਹੇ ਹੋ। ਅਸਲ ਦੇ ਵਿੱਚ ਮੈਂ ਪਿਛਲੇ ਕੁਝ ਇੱਕ ਦਿਨਾਂ ਤੋਂ ਦੇਖੋ ਮੈਂ ਨਾ ਇੱਕ ਗੱਲ ਤੁਹਾਨੂੰ ਦੱਸਾਂ। ਵੈਸੇ ਹਮੇਸ਼ਾ ਸਿਆਣੇ ਕਹਿੰਦੇ ਹੁੰਦੇ ਨੇ, ਘਰ ਦੇ ਵਿੱਚ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਤੁਸੀਂ ਨਾ ਅਖਬਾਰਾਂ ਪੜ੍ਹਿਆ ਕਰੋ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜੇ ਤੁਸੀਂ ਮਾਂ ਬੋਲੀ ਤੇ ਪਕੜ ਬਣਾਉਣਾ ਚਾਹੁੰਦੇ ਹੋ, ਜੇ ਤੁਸੀਂ ਜ਼ਿੰਦਗੀ 'ਚ ਕੁਛ ਸਿੱਖਣਾ ਚਾਹੁੰਦੇ ਹੋ, ਅੱਗੇ ਵਧਣਾ ਚਾਹੁੰਦੇ ਹੋ, ਤਾਂ ਤੁਹਾਨੂੰ ਦੀਨ ਦੁਨੀਆ ਦੀ ਖਬਰ ਹੋਣੀ ਚਾਹੀਦੀ ਹੈ, ਤੁਸੀਂ ਅਖਬਾਰਾਂ ਪੜ੍ਹਿਆ ਕਰੋ, ਹੈ ਨਾ? ਤੇ ਅੱਜ ਕੱਲ੍ਹ ਪਰ ਮੇਰਾ ਅਖਬਾਰਾਂ ਪੜ੍ਹਨ ਨੂੰ ਬਿਲਕੁਲ ਚਿੱਤ ਨਹੀਂ ਕਰਦਾ, ਕਿਉਂਕਿ ਅੱਜ ਕੱਲ੍ਹ ਜਦੋਂ ਆਪਾਂ ਅਖਬਾਰਾਂ ਖੋਲਦੇ ਹਾਂ ਤੇ ਅਖਬਾਰਾਂ ਦੇ ਵਿੱਚ ਐਸੀਆਂ ਐਸੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਅੰਦਰੋਂ ਝੰਜੋੜ ਕੇ ਰੱਖ ਦਿੰਦੀਆਂ ਨੇ। ਜਿਹੜੀਆਂ ਵੀ ਬਿਲਕੁਲ ਐਵੇਂ ਕਿਸੇ ਨੇ ਕਿਹਾ ਸੀ ਵੀ ਤੁਸੀਂ ਅਖਬਾਰ ਪੜ੍ਹਿਆ ਕਰੋ, ਤੇ ਮੈਂ ਥੋੜੇ ਦਿਨ ਨਹੀਂ ਪੜ੍ਹੀ, 7-8 ਦਿਨ ਹੀ ਪੜ੍ਹ ਪਾਈ। ਉਸ ਤੋਂ ਬਾਅਦ ਮੇਰੇ ਦਿਲ ਦੇ ਅੰਦਰ ਇੰਨੀ ਘਬਰਾਹਟ ਫੀਲ ਹੋਣ ਲੱਗ ਪਈ ਨਾ, ਮਹਿਸੂਸ ਹੋਣ ਲੱਗ ਪਈ ਵੀ ਮੈਂ ਅਖਬਾਰ ਤੋਂ ਪਰੇ ਹੋ ਜਾਵਾਂ, ਵੀ ਮੈਂ ਸਵੇਰੇ ਸਵੇਰੇ ਆਪਦਾ ਮੂਡ ਖਰਾਬ ਨਹੀਂ ਕਰਨਾ। ਤੇ ਹੁਣ ਮੈਂ ਕੀ ਕਰਦੀ ਹਾਂ ਵੀ ਸਭ ਤੋਂ ਜਿਹੜਾ ਪਿਛਲਾ ਪੰਨਾ ਹੁੰਦਾ ਨਾ ਉਹ ਪਹਿਲਾਂ ਪੜ੍ਹਦੀ ਹਾਂ, ਵੀ ਉੱਥੇ ਕੁਛ ਇਤਿਹਾਸ ਦਾ ਕੋਈ ਦਿਨ ਦੱਸਿਆ ਹੁੰਦਾ ਵੀ ਕੀ ਹੋਇਆ ਸੀ, ਕੋਈ ਵਧੀਆ ਖਬਰ ਲੱਭ ਜਾਂਦੀ ਆ। ਮੈਂ ਜਿਹੜਾ ਪਹਿਲਾ ਪੰਨਾ ਉਹ ਕਦੇ ਨਹੀਂ ਪੜ੍ਹਿਆ। ਦੇਖੋ ਮੈਂ ਜਦੋਂ ਇਹ ਖਬਰਾਂ ਪੜ੍ਹਦੀ ਹਾਂ ਤੇ ਇੱਕ ਤਾਂ ਸੁੱਖ ਨਾਲ ਸੋਸ਼ਲ ਮੀਡੀਆ ਅੱਜ ਕੱਲ੍ਹ ਸਾਡਾ ਬਹੁਤ ਜ਼ਿਆਦਾ ਫੈਲ ਚੁੱਕਿਆ, ਅਸੀਂ ਜੋ ਕੁਛ ਵੀ ਵਾਪਰਦਾ ਹੈ ਪੂਰੀ ਦੁਨੀਆ ਦੇ ਵਿੱਚ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਜਗ੍ਹਾ ਦਿੰਦੇ ਹਾਂ, ਤੇ ਤੁਸੀਂ ਅਖਬਾਰਾਂ ਨਾ ਪੜ੍ਹੋਗੇ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਕੁਛ ਵਾਪਰ ਰਿਹਾ, ਤੇ ਜੋ ਕੁਛ ਵਾਪਰ ਰਿਹਾ ਉਹ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਸੋਚਣ ਲਈ ਮਜਬੂਰ ਕਰ ਰਿਹਾ। ਆਖਿਰਕਾਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਾਡੀ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ, ਸਾਡੀਆਂ ਨੌਜਵਾਨ ਕੁੜੀਆਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਕਿੱਧਰ ਨੂੰ ਜਾ ਰਹੀਆਂ ਨੇ, ਕਿਹੜਾ ਰਸਤਾ ਉਹਨਾਂ ਨੇ ਫੜ ਲਿਆ, ਇਹ ਵਾਕਈ ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ ਬਣ ਚੁੱਕਿਆ, ਇੱਕ ਸੰਜੀਦਾ ਮਸਲਾ ਬਣ ਚੁੱਕਿਆ। ਮੈਂ ਗੱਲ ਕਰ ਰਹੀ ਸੀ ਕਿ ਅੱਜ ਨਾ ਜਿਵੇਂ ਕਿ ਆਪਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜੋ ਵੀ ਕਿਸੇ ਵੀ ਦਿਨ ਦੀ ਖਾਸੀਅਤ ਹੋਵੇ, ਜੋ ਵੀ ਕਿਸੇ ਦਿਨ ਦੀ ਇਤਿਹਾਸ ਦੇ ਵਿੱਚ ਮਹੱਤਤਾ ਹੋਵੇ, ਉਹਦੇ ਬਾਰੇ 'ਚ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਜ਼ਰੂਰ ਕਰਦੇ ਹਾਂ। ਅਤੇ ਅੱਜ ਦੇ ਦਿਨ ਦੀ ਜੋ ਖਾਸੀਅਤ ਹੈ ਉਹ ਇਹ ਹੈ ਕਿ ਅੱਜ 26 ਜੂਨ, ਅੱਜ ਦਾ ਦਿਨ ਅੰਤਰਰਾਸ਼ਟਰੀ ਦਿਵਸ ਹੈ ਜੀ। ਅੱਜ ਦੇ ਦਿਨ ਦੀ ਜਿਹੜੀ ਕਹਿ ਲਓ ਵੀ ਮਹੱਤਤਾ ਹੈ ਉਹ ਇਹ ਹੈ ਕਿ ਆਹ ਜਿਹੜਾ 26 ਜੂਨ ਦਾ ਦਿਨ ਹੈ ਇਹ ਗੈਰ ਕਾਨੂੰਨੀ ਤਸਕਰੀ ਤੇ ਨਸ਼ਿਆਂ ਦੇ ਖਿਲਾਫ, ਜਿਹੜੇ ਨਸ਼ੇ ਅੱਜ ਕੱਲ੍ਹ ਬਹੁਤ ਜ਼ਿਆਦਾ ਹਰੇਕ ਘਰ ਦੇ ਵਿੱਚ ਵੱਧ ਗਏ ਨੇ, ਇਹਨਾਂ ਦੇ ਖਿਲਾਫ ਇੱਕ ਅੰਤਰਰਾਸ਼ਟਰੀ ਦਿਵਸ ਹੈ ਇਹ। ਅਤੇ ਇਸ ਦਿਨ ਦੇ ਉੱਪਰ ਜਦੋਂ ਮੈਂ ਕੁਝ ਇੱਕ ਅੰਕੜੇ ਪੜ੍ਹੇ, ਜਦੋਂ ਮੈਂ ਧਿਆਨ ਦੇ ਨਾਲ ਇਸ ਦਿਵਸ ਦੇ ਬਾਰੇ 'ਚ ਜਾਣਿਆ ਤੇ ਮੈਨੂੰ ਬਹੁਤ ਦੁੱਖ ਹੋਇਆ। ਜਿਵੇਂ ਤੁਸੀਂ ਸ਼ਬਦ ਵਰਤਿਆ ਨਾ ਵੀ ਇਸ ਦਿਨ ਦੀ ਮਹੱਤਤਾ, ਤੇ ਮੈਨੂੰ ਇਹ ਲੱਗਦਾ ਵੀ ਇਹੋ ਜਿਹੇ ਦਿਨ ਮਨਾਉਣ ਦੀ ਸਾਨੂੰ ਕਿਵੇਂ ਲੋੜ ਪੈ ਗਈ, ਹੈ ਨਾ? ਇਹ ਨਿਘਾਰਤਾ ਆ ਇਸ ਦਿਨ ਦੀ ਵੀ ਇਹ ਮਾੜਾ ਦਿਨ ਆ ਸਾਡੇ ਲਈ, ਵੀ ਇਹ ਜਿਹੜਾ ਸਾਨੂੰ ਇਹ ਦਿਨ ਮਨਾਉਣਾ ਪੈ ਗਿਆ ਜਾਂ ਇਹ ਬਣਾਇਆ ਗਿਆ ਵੀ ਹਾਂ ਇਹ ਦਿਨ ਮਨਾਉਣਾ, ਇਹ ਦਿਨ ਮਨਾਉਣ ਦਾ ਸਾਨੂੰ ਵੇਲਾ ਹੀ ਨਹੀਂ ਆਉਣਾ ਚਾਹੀਦਾ, ਇਹ ਮੌਕਾ ਹੀ ਨਹੀਂ ਆਉਣਾ ਚਾਹੀਦਾ। ਜਿਵੇਂ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੀ ਸੀ, ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਅੱਜ ਕੱਲ੍ਹ ਬਹੁਤ ਅੱਗੇ ਤੋਂ ਅੱਗੇ ਵੱਧ ਰਹੀ ਹੈ। ਉਸ ਤਸਵੀਰ ਦੇ ਉੱਪਰ ਲਿਖਿਆ ਹੋਇਆ ਵੀ 1 ਤੋਂ 7 ਜੁਲਾਈ ਤੱਕ ਕਾਲਾ ਦਿਨ ਚਿੱਟੇ ਦੇ ਖਿਲਾਫ, ਜਿੱਥੇ ਕਿ ਸਾਨੂੰ ਕਾਲੇ ਰੰਗ ਤੋਂ ਨਫ਼ਰਤ ਹੁੰਦੀ ਹੈ ਹਮੇਸ਼ਾ, ਚਿੱਟੇ ਰੰਗ ਨੂੰ ਅਸੀਂ ਸ਼ਾਂਤੀ ਦਾ ਪ੍ਰਤੀਕ ਮੰਨਦੇ ਹਾਂ, ਉਸ ਚਿੱਟੇ ਤੋਂ ਹੁਣ ਪੰਜਾਬੀਆਂ ਨੂੰ ਨਫ਼ਰਤ ਹੋਣ ਲੱਗ ਗਈ, ਕਿਉਂਕਿ ਜਦੋਂ ਚਿੱਟਾ ਸ਼ਬਦ ਆਉਂਦਾ ਹੈ ਤੇ ਇਹ ਚਿੱਟਾ ਕੁਛ ਹੋਰ ਨਹੀਂ ਦਰਸਾਉਂਦਾ, ਇਹ ਸਿਰਫ ਚਿੱਟਾ ਨਸ਼ਾ ਹੀ ਨਜ਼ਰ ਆਉਂਦਾ ਹੈ, ਤੇ ਇਹ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ, ਇਹਦੇ ਬਾਰੇ 'ਚ ਵਾਕਈ ਸੋਚਣਾ ਪਏਗਾ। ਸੋ ਅੱਜ ਅਸੀਂ ਸੋਚਿਆ ਵੀ ਕਿਉਂ ਨਾ, ਜੇ ਇਹ ਦਿਨ ਹੈ ਹੀ ਹੈ ਤੇ ਫਿਰ ਕਿਉਂ ਨਾ ਅਸੀਂ ਇਹਦੇ ਨਾਲ ਜੁੜੇ ਹੋਏ ਜਿਹੜੇ ਤੱਥ ਨੇ, ਜੋ ਕਿ ਸਰਕਾਰਾਂ ਕਹਿੰਦੀਆਂ ਨੇ, ਜੋ ਕਿ NDPS ਕਹਿੰਦਾ ਹੈ, ਜੋ ਕਿ ਹੋਰ ਹੈਲਥ ਰਿਪੋਰਟਸ ਨੇ, ਹੈ ਨਾ, ਰਿਕਾਰਡਸ ਨੇ, ਉਹਨਾਂ ਦੇ ਬਾਰੇ 'ਚ ਕਿਉਂ ਨਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏ। ਸੋ ਉਹ ਸਾਰੇ ਤੱਥ ਲੈ ਕੇ ਅਸੀਂ ਤੁਹਾਡੇ ਵਿੱਚ ਹਾਜ਼ਰ ਹੋ ਗਏ ਹਾਂ। ਬਿਲਕੁਲ ਜੀ, ਵੈਸੇ ਤਾਂ ਨਾ ਇਹ ਤੱਥ ਦੱਸਣ ਲੱਗਿਆਂ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਕਿਸ ਮੁੱਦੇ 'ਤੇ ਗੱਲ ਕਰ ਰਹੇ ਹਾਂ, ਔਰ ਜੇ ਆਪਣੀਆਂ ਬੀਬੀਆਂ ਭੈਣਾਂ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਵੀ ਜਦੋਂ ਸਾਡੀਆਂ ਕੁੜੀਆਂ, ਸਾਡੀਆਂ ਧੀਆਂ ਵੀ ਨਸ਼ਿਆਂ ਦੇ ਵਿੱਚ ਪੈ ਰਹੀਆਂ। ਕੁਸਮ ਜੀ, ਮੈਂ ਜਦੋਂ ਨਸ਼ਿਆਂ ਦੀ ਗੱਲ ਕਰਦੀ ਹਾਂ, ਜਦੋਂ ਧੀਆਂ ਦੇ ਵਿੱਚ ਵੱਧ ਰਹੇ ਨਸ਼ੇ ਦੀ ਗੱਲ ਕਰਦੀ ਹਾਂ, ਤਾਂ ਮੈਨੂੰ ਨਾ ਅਕਸਰ ਹੀ ਇੱਕ ਵੀਡੀਓ ਬਹੁਤ ਜ਼ਿਆਦਾ ਯਾਦ ਆਉਂਦੀ ਹੁੰਦੀ, ਉਹ ਮੇਰੇ ਜ਼ਹਿਨ 'ਚੋਂ ਕਦੀ ਨਹੀਂ ਨਿਕਲੀ ਹੈਗੀ। ਉਹ ਵੀਡੀਓ ਇੱਕ ਕੁੜੀ ਦੀ ਵੀਡੀਓ ਸੀ, ਉਹ ਉਦੋਂ ਉਹਨਾਂ ਦਿਨਾਂ ਦੇ ਵਿੱਚ ਫੈਲੀ ਵੀ ਬਹੁਤ ਜ਼ਿਆਦਾ ਸੀ, ਇਹ ਮੇਰੇ ਖਿਆਲ 1.5 ਸਾਲ ਦੀ ਗੱਲ ਹੋਏਗੀ। ਉਹ ਕੁੜੀ ਨਾ ਆਪਣੇ ਬਾਹਾਂ, ਆਪਣੇ ਹੱਥ, ਆਪਣੀਆਂ ਲੱਤਾਂ ਦਿਖਾ ਰਹੀ ਹੈ, ਤੇ ਉਹਦੇ ਸਰੀਰ ਦਾ ਕੋਈ ਵੀ ਹਿੱਸਾ ਐਸਾ ਨਹੀਂ ਹੈਗਾ ਜਿੱਥੇ ਉਹਨੇ ਇੰਜੈਕਸ਼ਨ ਨਹੀਂ ਲਗਾਇਆ, ਮਤਲਬ ਕਿ ਨਸ਼ਾ ਨਹੀਂ ਲਿਆ ਹੈਗਾ।
ਔਰ ਉਹ ਉਸ ਵੇਲੇ ਵੀ ਨਸ਼ੇ ਦੀ ਲੋਰ ਵਿੱਚ ਹੈ ਤੇ ਉਹ ਦਿਖਾ ਰਹੀ ਆਪਣੀਆਂ ਬਾਹਾਂ ਤੋਂ ਐਂ ਕਮੀਜ਼ ਪਾਸੇ ਕਰਕੇ ਵੀ ਆਹ ਵੇਖੋ ਇੱਥੇ ਇੱਥੇ ਨਸ਼ੇ ਦੇ ਟੀਕੇ ਜਿਹੜੇ ਨੇ ਉਹ ਲਗਾ ਚੁੱਕੀ ਆ ਹਨਾ ਤੇ ਇਹ ਤਾਂ ਸਿਰਫ ਮੈਂ ਇੱਕ ਕੁੜੀ ਦੀ ਗੱਲ ਕਰ ਰਹੀ ਹਾਂ ਜੋ ਤੁਸੀਂ ਅੱਜ ਸੜਕਾਂ ਦੇ ਉੱਪਰ ਬਾਹਰ ਨਿਕਲਦੇ ਹੋ ਜਦੋਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਆਉਂਦੀਆਂ ਨੇ ਵੀ ਕੁੜੀਆਂ ਨੇ ਦਾਰੂ ਪੀ ਕੇ ਹੰਗਾਮਾ ਕੀਤਾ ਕੁੜੀਆਂ ਨੇ ਅੱਧੀ ਰਾਤ ਨੂੰ ਪੁਲਿਸ ਵਾਲਿਆਂ ਦੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਹਨਾ ਜਾਂ ਕੁੜੀਆਂ ਨੇ ਦਾਰੂ ਦੇ ਨਸ਼ੇ ਦੇ ਵਿੱਚ ਆਹ ਗਲਤ ਕੀਤਾ ਉਹ ਗਲਤ ਕੀਤਾ ਤਾਂ ਬਹੁਤ ਦੁੱਖ ਹੁੰਦਾ ਕਿਉਂਕਿ ਇੱਕ ਪਾਸੇ ਤਾਂ ਅਸੀਂ ਸਾਰਾ ਜ਼ੋਰ ਲਾਇਆ ਹੋਇਆ ਵੀ ਸਾਨੂੰ ਹੱਕ ਚਾਹੀਦੇ ਨੇ ਸਾਨੂੰ ਬਰਾਬਰਤਾ ਚਾਹੀਦੀ ਹੈ ਅਸੀਂ ਬਰਾਬਰੀ ਦੇ ਨਾਲ ਮੂਹਰੇ ਆਉਣਾ ਚਾਹੁੰਦੀਆਂ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਲੋਕ ਧੀਆਂ ਜੰਮਣ ਤੋਂ ਕਿਉਂ ਡਰਦੇ ਨੇ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਤਾਂ ਦੂਸਰੇ ਪਾਸੇ ਜਦੋਂ ਇੱਦਾਂ ਦੇ ਅੰਕੜੇ ਸਾਹਮਣੇ ਆਉਂਦੇ ਨੇ ਤੇ ਵਾਕਈ ਸੋਚਣ ਲਈ ਮਜਬੂਰ ਜਿਵੇਂ ਤੁਸੀਂ ਆਜ਼ਾਦੀ ਦੀ ਗੱਲ ਕੀਤੀ ਮੈਨੂੰ ਨਾ ਨਰਿੰਦਰ ਸਿੰਘ ਕਪੂਰ ਦੀ ਲਿਖੀ ਗੱਲ ਉਹ ਯਾਦ ਆਉਂਦੀ ਆ ਵੀ ਇਸ ਤਰੀ ਨੂੰ ਅਸੀਂ ਜ਼ਿਆਦਾ ਜਿਹੜੀ ਨਾ ਜ਼ਿਆਦਾ ਹੱਦ ਦੇ ਵਿੱਚ ਹੱਦ ਤੋਂ ਜ਼ਿਆਦਾ ਜਦੋਂ ਆਜ਼ਾਦੀ ਦਿੰਦੇ ਹਾਂ ਤੇ ਫਿਰ ਉਹਦਾ ਉਹ ਮਾੜਾ ਜਿਹੜਾ ਵਰਤੋਂ ਕਰਦੀ ਆ ਇਸ ਲਈ ਹਮੇਸ਼ਾ ਆਪਣੀ ਭਾਵੇਂ ਧੀ ਹੋਵੇ ਭੈਣ ਹੋਵੇ ਉਹਦੇ ਤੇ ਇੱਕ ਦਬਕਾ ਜ਼ਰੂਰ ਚਾਹੀਦਾ ਜਿੰਨੇ ਚੰਡੇ ਹੋਣ ਔਲਾਦ ਜਿੰਨੀ ਚੰਡੀ ਹੋਵੇ ਉਨੀ ਚੰਗੀ ਹੁੰਦੀ ਹੈ ਕਿਉਂਕਿ ਅਸੀਂ ਡਰ ਖੌਫ ਆਪਣੇ ਮਨਾਂ ਚੋਂ ਭੁਲਾ ਚੁੱਕੇ ਹਾਂ ਸਾਡੇ ਵੇਲੇ ਹੁੰਦੇ ਸੀ ਅਸੀਂ ਫੇਰ ਵੀ ਉਸ ਡਰ ਦੇ ਵਿੱਚ ਰਹਿ ਚੁੱਕੇ ਹਾਂ ਹਨਾ ਵੀ ਸਾਡੇ ਵੇਲਿਆਂ ਦੇ ਵਿੱਚ ਮਾਪਿਆਂ ਦੀ ਘੂਰ ਦਾ ਡਰ ਹੁੰਦਾ ਸੀ ਪਰ ਅੱਜ ਕੱਲ ਦੇ ਜਵਾਕ ਉਸ ਘੂਰ ਨੂੰ ਨਹੀਂ ਸਮਝਦੇ ਅੱਗੇ ਦੀ ਅੱਗੇ ਬਿਲਕੁਲ ਅਸੀਂ ਨਿਘਾਰ ਵੱਲ ਨੂੰ ਜਾ ਰਹੇ ਹਾਂ ਤੇ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਇਹ ਬੜੀ ਦੁੱਖ ਦੀ ਗੱਲ ਆ ਵੀ ਸਾਡੀ ਜਿਹੜੀ ਨੌਜਵਾਨੀ ਆ ਕੁੱਲ ਨੌਜਵਾਨੀ ਦਾ ਜੇ 67% ਹਿੱਸਾ ਅਸੀਂ ਵੇਖੀਏ ਤਾਂ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਆ ਔਰ ਜੇ ਇਕੱਲੇ ਸਮੈਕ ਦੀ ਗੱਲ ਕਰੀਏ ਨਾ ਤੇ ਸਮੈਕ ਸ਼ੁਰੂ ਕਦੋਂ ਤੋਂ ਹੋਈ 90-92 ਦਾ ਕੋਈ ਦਸ਼ਕ ਹੋਊਗਾ ਜਦੋਂ ਇਹ ਸ਼ੁਰੂ ਹੋਇਆ ਨਸ਼ਾ ਸਭ ਤੋਂ ਮਾੜਾ ਨਸ਼ਾ ਜਿਹੜਾ ਮੰਨਿਆ ਜਾਂਦਾ ਬਾਕੀ ਨਸ਼ੇ ਭਾਵੇਂ ਅਸੀਂ ਛੱਡ ਦਈਏ ਇਕੱਲੇ ਸਮੈਕ ਦੀ ਜੇ ਗੱਲ ਕਰੀਏ ਤਾਂ 1995 ਦੇ ਵਿੱਚ 3% ਸੀ ਜੀ 1998 ਦੇ ਵਿੱਚ ਵੱਧ ਕੇ 16% ਹੋ ਗਿਆ ਤੇ ਜੇ ਹੁਣ ਦੀ ਗੱਲ ਕਰੀਏ ਤਾਂ ਇਹ ਸਿਰਫ ਸਮੈਕ ਕਰਨ ਵਾਲੇ ਜਿਹੜੇ ਨੌਜਵਾਨ ਨੇ ਉਹ 65% ਨੇ ਮੈਨੂੰ ਯਾਦ ਹੈ ਹਾਲੇ ਵੀ ਉਹ ਦਿਨ ਜਦੋਂ ਹਾਲੇ ਪੰਜਾਬ ਦੇ ਵਿੱਚ ਚੋਣਾਂ ਪੈਣੀਆਂ ਸੀ ਤੇ ਉਦੋਂ ਸ਼ਾਇਦ ਉਦੋਂ ਦੀ ਹੀ ਗੱਲ ਹੈ ਰਾਹੁਲ ਗਾਂਧੀ ਹੋਰੀ ਆਏ ਸੀ ਤੇ ਉਹਨਾਂ ਨੇ ਇੱਕ ਆਪਣੀ ਸਪੀਚ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹਿਤੀ ਸੀ ਕਿ ਪੰਜਾਬ ਦੇ 70% ਨੌਜਵਾਨ ਨਸ਼ੇ ਦੇ ਆਦੀ ਨੇ ਉਦੋਂ ਬੜਾ ਦੁੱਖ ਲੱਗਿਆ ਸੀ ਕਈਆਂ ਨੂੰ ਪਰ ਮੈਨੂੰ ਅੱਜ ਉਹ ਗੱਲ ਸੱਚ ਸਾਬਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਤੁਸੀਂ ਕਿਹਾ ਵੀ 65% ਤੇ 70% ਕੋਈ ਬਹੁਤਾ ਅੰਤਰ ਹੈ ਨਹੀਂ ਇਹ ਤਾਂ ਉਹ ਅੰਕੜੇ ਨੇ ਜਿਹੜੇ ਕਾਗਜ਼ਾਂ ਦੇ ਵਿੱਚ ਸਾਹਮਣੇ ਆ ਗਏ ਤੇ ਇਹਦੇ ਤੋਂ ਹਾਲੇ ਵੀ ਲੁਕੀਆਂ ਛਿਪੀਆਂ ਕਈ ਜਾਣਕਾਰੀਆਂ ਹੋਣਗੀਆਂ ਹਾਲੇ ਵੀ ਕਈ ਰਹੱਸ ਹੋਣਗੇ ਜਿਹੜੇ ਸਾਹਮਣੇ ਨਹੀਂ ਆਏ ਕਾਲਜਾਂ ਦੀ ਜੇ ਗੱਲ ਕਰ ਰਹੀ ਹੈ ਹਰਮਨ ਜੀ ਤਾਂ ਕਾਲਜਾਂ ਦੇ ਵਿੱਚ ਹਰ 10 ਵਿਦਿਆਰਥੀਆਂ ਦੇ ਵਿੱਚੋਂ 3 ਵਿਦਿਆਰਥੀ ਨਸ਼ਾ ਕਰ ਰਿਹਾ ਤੇ ਜੇ ਵਿਦਿਆਰਥੀਆਂ ਦੀ ਗੱਲ ਕਰੀਏ ਕੁੜੀਆਂ ਦੀ ਗੱਲ ਕਰੀਏ ਤਾਂ ਹਰ 10 ਵਿਦਿਆਰਥੀਆਂ ਵਿੱਚੋਂ 7-8 ਵਿਦਿਆਰਥਣ ਨਸ਼ਾ ਕਰ ਰਹੀ ਆ ਇਹ ਅੰਕੜੇ ਬੋਲਦੇ ਨੇ ਔਰ ਅਸੀਂ ਫੇਸਬੁੱਕਾਂ ਤੇ ਇਹ ਵੀ ਚੱਲਦੀਆਂ ਨੇ ਮੁਹਿੰਮਾਂ ਵੀ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਹੈ ਨੀ ਸਰਕਾਰਾਂ ਤਾਂ ਕਹਿਣ ਨੂੰ ਕਹਿ ਦਿੰਦੀਆਂ ਨੇ ਜੀ ਨਸ਼ਾ ਖਤਮ ਹੋ ਗਿਆ ਨਸ਼ਾ ਕਿੱਥੇ ਹੈ ਹਨਾ ਨਸ਼ਾ ਤਾਂ ਅਸੀਂ ਮੁਕਾ ਦਿੱਤਾ ਜਾਂ ਮੁਕਾ ਦਿਆਂਗੇ ਮੈਨੂੰ ਸਮਝ ਨਹੀਂ ਆਉਂਦੀ ਸ਼ਾਇਦ ਉਹ ਮੰਗਲ ਗ੍ਰਹਿ ਤੇ ਰਹਿੰਦੇ ਨੇ ਤੇ ਜਾਂ ਫਿਰ ਗੱਲਾਂ ਹੀ ਮੰਗਲ ਗ੍ਰਹਿ ਵਾਲੀਆਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਅਸਲੀ ਹਾਲਾਤ ਪੰਜਾਬ ਦੇ ਕੀ ਨੇ ਪੰਜਾਬ ਅਸਲ ਦੇ ਵਿੱਚ ਕਿੱਥੇ ਪਹੁੰਚ ਚੁੱਕਿਆ ਬਾਕੀ ਇਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਪਰ ਵੇਲਾ ਵਕਫੇ ਦਾ ਹੋ ਗਿਆ ਵਕਫੇ ਤੋਂ ਬਾਅਦ 'ਚ ਮਿਲਦੇ ਹਾਂ ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਵਿਮਨ ਤੁਸੀਂ ਵੇਖ ਰਹੇ ਹੋ ਔਰ ਅੱਜ ਗੱਲ ਚੱਲ ਰਹੀ ਹੈ ਨਸ਼ਿਆਂ ਦੀ ਔਰ ਹਰਮਨ ਜੀ ਜੇ ਅੰਕੜਿਆਂ ਦੀ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਦੇਖੋ ਜਿਹੜਾ ਸਭ ਤੋਂ ਬੁਰਾ ਮੰਨਿਆ ਜਾਂਦਾ ਨਾ ਨਸ਼ਾ ਸਮੈਕ ਉਹ ਕਿੰਨੇ ਦਾ ਆਉਂਦਾ 500-600 ਰੁਪਏ ਦਾ ਉਹ 1 ਗ੍ਰਾਮ ਆਉਂਦਾ ਜੀ ਵੀ ਕਹਿ ਲਓ ਵੀ ਡੱਖੇ ਤੇ ਲਾ ਕੇ ਦਿੰਦੇ ਹੋਣਗੇ ਇੰਨਾ ਕੋਈ ਬਿਲਕੁਲ ਹੋ ਸਕਦਾ ਤੇ ਜਿਹੜੇ ਨੌਜਵਾਨ ਨੇ ਉਹ 2-3 ਗ੍ਰਾਮ ਜਿਹਨਾਂ ਨੂੰ ਪੈ ਜਾਂਦੀ ਆ ਤਾਂ 2-3 ਗ੍ਰਾਮ ਪੀ ਲੈਂਦੇ ਨੇ ਮਤਲਬ ਰੋਜ਼ ਦਾ ਉਹ 1500-2000 ਦਾ ਨਸ਼ਾ ਕਰਦੇ ਨੇ ਨਸ਼ੇ ਦੇ ਖਿਲਾਫ ਜਦੋਂ ਵੀ ਸਖਤੀ ਹੁੰਦੀ ਹੈ ਤਾਂ ਉਹ ਸਖਤੀ ਦਾ ਜਿਹੜਾ ਕਹਿ ਲਓ ਨਤੀਜਾ ਸਾਹਮਣੇ ਆਉਂਦਾ ਉਹ ਨਤੀਜਾ ਇਹ ਥੋੜੀ ਹੁੰਦਾ ਵੀ ਨਸ਼ਾ ਜਿਹੜਾ ਉਹ ਬੰਦ ਹੋ ਗਿਆ ਉਹ ਨਤੀਜਾ ਇਹ ਹੁੰਦਾ ਵੀ ਨਸ਼ਾ ਮਹਿੰਗਾ ਹੋ ਗਿਆ ਹਨਾ ਕਿਉਂਕਿ ਜਿਹਨੇ ਜਿਹਨੂੰ ਨਸ਼ੇ ਦੀ ਲੱਤ ਲੱਗ ਗਈ ਉਹਨੇ ਨਸ਼ਾ ਲੈਣਾ ਹੀ ਹੈ ਚਾਹੇ ਉਹ ਜਿੰਨੇ ਦਾ ਮਰਜ਼ੀ ਹੋਵੇ ਉਧਰ ਹੀ ਲੋਕ ਆਪਣੇ ਘਰਾਂ ਦੀਆਂ ਚੀਜ਼ਾਂ ਵੇਚਦੇ ਨੇ ਉਧਰ ਹੀ ਲੋਕ ਚੋਰੀ ਡਕੈਤੀ ਵਰਗੀਆਂ ਹਰਕਤਾਂ ਕਰਦੇ ਨੇ ਉਹਦੇ ਲਈ ਆਏ ਦਿਨ ਬਹੁਤ ਸਾਰੇ ਅਪਰਾਧ ਜਿਹੜੇ ਨੇ ਵੱਧ ਰਹੇ ਨੇ ਮੈਂ ਅੱਜ ਹੀ ਖਬਰ ਪੜ੍ਹ ਰਹੀ ਸੀਗੀ ਕਿ 2 ਮਾਵਾਂ ਧੀਆਂ ਐਕਟਿਵਾ ਤੇ ਜਾ ਰਹੀਆਂ ਸੀਗੀਆਂ ਡੈਂਟਲ ਕਲੀਨਿਕ ਦੇ ਵਿੱਚ ਤੇ ਉਹ ਮਾਂ ਦੀ ਚੈਨੀ ਖੋਹ ਲਈ ਮਗਰੋਂ ਉਹ ਦੋਵੇਂ ਡਿੱਗ ਪਈਆਂ ਤੇ ਮਾਂ ਦੀ ਮੌਤ ਹੋ ਗਈ ਤੇ ਜਿਹੜੀ ਕੁੜੀ ਆ ਉਹ ਵੀ ਜ਼ਖਮੀ ਹੋਈ ਪਈ ਆ ਕਿੰਨੀ ਮਾੜੀ ਗੱਲ ਹੈ ਇਹ ਸਭ ਇਹ ਨਾ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਨਾ
ਬਹੁਤ ਕੁਛ ਸੋਚਣ ਦੇ ਲਈ ਮਜਬੂਰ ਕਰਦੀ। ਔਰ ਅਸੀਂ ਜਾ ਵੀ ਤਾਂ ਨਿਗਾਰ ਵੱਲ ਨੂੰ ਰਹੇ ਹਾਂ ਨਾ, ਸਾਡੀਆਂ ਉਮਰਾਂ ਵੇਖ ਲਓ ਕਿੰਨੇ ਤੋਂ ਅਸੀਂ ਕਿੰਨੇ ਘਟਾ ਲਈਆਂ। ਮੈਂ ਇੱਕ ਦਿਨ ਰਾਮਦੇਵ ਜੀ ਨੂੰ ਸੁਣ ਰਹੀ ਸੀਗੀ, ਉਹ ਕਹਿ ਰਹੇ ਸੀ ਵੀ ਜਿਹੜਾ ਸਰੀਰ ਹੈ ਨਾ ਸਾਡਾ, ਇਹ 400 ਸਾਲ ਤੱਕ ਜਿਉਂਦਾ ਰਹਿ ਸਕਦਾ। ਅਸੀਂ ਆਪਣੇ ਪੁਰਾਣੇ ਸਮਿਆਂ ਦੀ ਗੱਲ ਕਰੀਏ, ਘਟਾ ਘਟਾ ਕੇ ਅਸੀਂ 100 ਸਾਲ ਤੇ ਲੈ ਆਂਦਾ ਤੇ ਹੁਣ 60-70 ਤੇ। ਜੇ ਸਮੈਕ ਪੀਣ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਉਮਰ ਕਿੰਨੀ ਹੁੰਦੀ ਆ, 7-8 ਸਾਲ ਦੇ ਵਿੱਚ ਵਿੱਚ ਉਹ ਪੂਰੇ ਹੋ ਜਾਂਦੇ ਨੇ। ਤੇ ਜੇ ਇੱਦਾਂ ਹੀ ਇਹ ਚੱਲਦਾ ਰਿਹਾ, ਇਹ ਨਸ਼ਿਆਂ ਤੇ ਕੋਈ ਅਸੀਂ ਰੋਕ ਨਾ ਲਗਾਈ, ਤਾਂ 2020 ਤੱਕ ਇਹੋ ਜਿਹਾ ਦਿਨ ਆ ਜਾਣਾ ਵੀ 10-12 ਨੌਜਵਾਨ ਜਿਹੜੇ ਆ ਉਹ ਹਰ ਰੋਜ਼ ਉਹਨਾਂ ਦਾ ਸੇਵਾ ਬਲਿਆ ਕਰੇਗਾ। ਦੇਖੋ ਇਹ 2020 ਤਾਂ ਮੈਨੂੰ ਲੱਗਦਾ ਵੀ ਹਾਲੇ ਦੂਰ ਹੈ। ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਕੁ ਵੀਡੀਓ ਸਾਹਮਣੇ ਆਈਆਂ ਨੇ, ਜੋ ਗੱਲਾਂ ਬਾਤਾਂ ਸਾਹਮਣੇ ਆਈਆਂ, ਜੋ ਖਬਰਾਂ ਕਹਿੰਦੀਆਂ ਨੇ, ਇਹ ਪਿਛਲੇ ਕੁਝ ਕੁ ਦਿਨਾਂ 'ਚ ਹੀ 12-13 ਨੌਜਵਾਨ ਮੁੰਡੇ ਜਿਹੜੇ ਨੇ ਉਹ ਮੌਤ ਦੇ ਗਲ ਲੱਗ ਚੁੱਕੇ ਨੇ, ਹੈ ਨਾ। ਮੈਂ ਇੱਕ ਸਾਈਕੈਟਰਿਸਟ ਨੇ ਉਹਨਾਂ ਦੀ ਇੰਟਰਵਿਊ ਪੜ੍ਹ ਰਹੀ ਸੀ ਨਸ਼ਿਆਂ ਦੇ ਉੱਪਰ ਹੀ, ਉਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਇਹ ਜਿਹੜਾ ਸਮੈਕ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਪਹਿਲਾਂ ਤਾਂ ਇਹ ਸੀ ਵੀ ਉਹ ਪਤਾ ਨਹੀਂ ਫੋਇਲ ਦੇ ਥੱਲੇ ਅੱਗ ਜੀ ਲਾ ਕੇ ਉਹਨੂੰ ਸੁੰਘਦੇ ਹੁੰਦੇ ਸੀ। ਅੱਜ ਕੱਲ ਨੌਜਵਾਨ ਮੁੰਡੇ, ਕਿਉਂਕਿ ਉਹ ਮਹਿੰਗਾ ਹੋ ਗਿਆ ਨਸ਼ਾ ਬਹੁਤ ਜ਼ਿਆਦਾ, ਉਹਦੇ ਕਰਕੇ ਉਹਨੂੰ ਪਾਣੀ 'ਚ ਘੋਲ ਕੇ ਉਹਦੇ ਟੀਕੇ ਲਾਉਂਦੇ ਨੇ, ਤੇ ਜਦੋਂ ਉਹ ਟੀਕੇ ਲਾਉਂਦੇ ਨੇ ਤੇ ਇਹ ਜਿਹੜੀਆਂ ਮੌਤਾਂ ਅੱਜ ਕੱਲ ਓਵਰਡੋਜ਼ ਦਾ ਕਰਕੇ ਹੋ ਰਹੀਆਂ ਨੇ, ਉਹ ਟੀਕਾ ਲਾਉਣ ਲੱਗਿਆ ਉਹਦੀ ਜਿਹੜੀ ਮਾਤਰਾ ਉਹਨਾਂ ਨੂੰ ਪਤਾ ਨਹੀਂ ਲੱਗਦੀ ਵੀ ਅੰਦਾਜ਼ਾ ਹੀ ਹੈ ਨਾ ਉਹ ਕਿਹੜਾ। ਹੁਣ ਜਦੋਂ ਬੰਦਾ ਨਸ਼ਾ ਕਰਦਾ, ਨਸ਼ੇ ਦੀ ਲੋੜ 'ਚ ਹੈ ਤੇ ਉਹਦੇ ਅੰਦਰ ਉਹ ਨਸ਼ਾ ਜਿਹੜਾ ਕਿਤੇ ਨਾ ਕਿਤੇ ਘਰ ਤਾਂ ਕਰ ਹੀ ਚੁੱਕਿਆ ਨਾ, ਤੇ ਜਦੋਂ ਉਸ ਨਸ਼ੇ ਦੀ ਲੋੜ ਦੇ ਵਿੱਚ ਹੀ ਉਹ ਹੋਰ ਨਸ਼ਾ ਲੈਣ ਲੱਗਦਾ ਤੇ ਉਹਨੂੰ ਨਹੀਂ ਪਤਾ ਲੱਗਦਾ ਮਾਤਰਾ ਦਾ, ਹੈ ਨਾ। ਉਹ ਮਾਤਰਾ ਦੀ ਓਵਰਡੋਜ਼ ਦਾ ਕਰਕੇ ਤੇ ਫਿਰ ਅੱਗੇ, ਕਿਉਂਕਿ ਸਿੱਧਾ ਜੋ ਤੁਸੀਂ ਖੂਨ ਦੇ ਵਿੱਚ ਉਹਦਾ ਇੰਜੈਕਸ਼ਨ ਲਗਾ ਰਹੇ ਹੋ, ਤੁਸੀਂ ਉਹ ਟੀਕਾ ਲਗਾ ਰਹੇ ਹੋ, ਤਾਂ ਤੁਹਾਡੇ ਦਿਮਾਗ 'ਤੇ ਸਿੱਧਾ ਜਾ ਕੇ ਅਸਰ ਕਰਦਾ, ਅਤੇ ਉਹ ਅਸਰ ਕਿਹੋ ਜਿਹਾ ਹੋਏਗਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਬਿਲਕੁਲ ਹਰਮਨ ਜੀ। ਔਰ ਜੇ ਨਸ਼ਿਆਂ ਦੇ ਨਾ ਕਿਸਮਾਂ ਦੀ ਗੱਲ ਕਰੀਏ ਤਾਂ ਜਿਹੜੇ ਤਾਂ ਆਮ ਜਾਂ ਨਸ਼ੇ ਨੇ, ਆਮ ਹੀ ਕਹਾਂਗੇ ਕਿਉਂਕਿ ਇਹ ਹੁਣ ਆਮ ਹੀ ਹੋ ਗਏ, ਆਮ ਹੀ ਹੋ ਗਏ, ਆਸਾਨੀ ਨਾਲ ਲੱਭ ਜਾਂਦੇ ਨੇ। ਸ਼ਰਾਬ ਆ, ਭੰਗ ਆ, ਸੁਲਫਾ ਆ, ਕੈਪਸੂਲ ਆ, ਟੀਕੇ ਆ, ਸਮੈਕ, ਚਰਸ, ਇਹ ਤਾਂ ਹੋ ਗਏ ਨਸ਼ੇ ਵੀ ਜਿਹਨਾਂ ਨੂੰ ਵੰਡਿਆ ਹੋਇਆ। ਹੁਣ ਉਹ ਨਸ਼ੇ ਜਿਹੜੇ ਕਿ ਬਹੁਤ ਹੀ ਗੰਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਵੀ ਇਸ ਤਰੀਕੇ ਨਾਲ ਵੀ ਨਸ਼ੇ ਹੁੰਦੇ ਨੇ। ਮੇਰੇ ਇੱਕ ਮਨੋਵਿਗਿਆਨਿਕ ਦੋਸਤ ਨੇ ਪਵਿੱਤਰ ਜੀ, ਉਹਨਾਂ ਦੇ ਕੋਲ ਨਾ ਇਹੋ ਜਿਹਾ ਕੇਸ ਆਉਂਦੇ ਰਹਿੰਦੇ ਨੇ ਵੀ ਕਿਵੇਂ ਕਿਵੇਂ ਨਸ਼ਾ ਕਰਦੇ ਨੇ। ਉਹਨਾਂ ਕੋਲ ਕੁੜੀਆਂ ਵੀ ਆਉਂਦੀਆਂ ਨੇ ਜੀ, ਉਹ ਕਹਿੰਦੇ ਵੀ ਇੱਕ ਕੁੜੀ ਆ ਮੇਰੇ ਕੋਲ ਨਾ, ਉਹ ਉਹਦਾ ਸਰੀਰ ਦਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੁੜੀ ਨਾ, ਉਹਦੇ ਵੀ ਸਰੀਰ ਦਾ ਕੋਈ ਐਸਾ ਹਿੱਸਾ ਨਹੀਂ ਜਿੱਥੇ ਉਹਨੇ ਟੀਕਾ ਨਾ ਲਾਇਆ ਹੋਵੇ, ਤੇ ਉਹ ਕਹਿੰਦੇ ਜਦੋਂ ਵੀ ਮੇਰੇ ਕੋਲ ਆਉਂਦੀ ਆ ਮੋਟਰਸਾਈਕਲ ਚਲਾ ਕੇ ਆਉਂਦੀ ਆ, ਤੇ ਕਦੇ ਉਹਦੇ ਕੋਲ ਕੋਈ ਮੋਟਰਸਾਈਕਲ ਹੁੰਦਾ, ਕਦੇ ਕੋਈ ਹੁੰਦਾ, ਜਾਂ ਤਾਂ ਉਹ ਚੋਰੀ ਕਰਕੇ ਲਿਆਉਂਦੀ ਆ ਜਾਂ ਕਿਵੇਂ ਵੀ ਲਾਉਂਦੀ ਆ, ਹੈ ਨਾ। ਤੇ ਉਹ ਕਹਿੰਦੇ ਵੀ ਨਸ਼ੇ ਦੇ ਵਿੱਚ ਹੀ ਹੁੰਦੀ ਆ, ਜਦੋਂ ਆਉਂਦੀ ਆ ਤੇ ਆ ਕੇ ਮੇਰੇ ਪੈਰੀਂ ਪੈ ਜਾਂਦੀ ਵੀ ਮੈਨੂੰ ਬਚਾ ਲਓ, ਮੈਂ ਨਸ਼ਾ ਕਰ ਲਿਆ ਹੁਣ ਮੇਰੇ ਤੋਂ ਨਿਕਲ ਨਹੀਂ ਹੋ ਰਿਹਾ ਇਸ ਪਾਸਿਓ, ਇਹੋ ਜਿਹੇ ਵੀ ਨਸ਼ੇ ਨੇ। ਤਾਂ ਮੈਨੂੰ ਦੱਸ ਰਿਹਾ ਸੀਗੇ ਵੀ ਕਿੱਦਾਂ ਕਿੱਦਾਂ ਨਸ਼ੇ ਕਰਦੀਆਂ ਨੇ, ਜਦੋਂ ਇਹ ਜਿਹੜੇ ਮਹਿੰਗੇ ਨਸ਼ੇ ਨਹੀਂ ਮਿਲਦੇ, ਪੈਸੇ ਜਦੋਂ ਖਤਮ ਹੋ ਜਾਂਦੇ ਨੇ। ਉਹ ਕਹਿੰਦੇ ਵੀ ਛਿਪਕਲੀ ਹੁੰਦੀ ਆ ਨਾ, ਕਿਰਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਪੂਛ ਦੇ ਵਿੱਚ ਨਸ਼ਾ ਹੁੰਦਾ ਬਹੁਤ ਜ਼ਿਆਦਾ, ਜ਼ਹਿਰ ਹੁੰਦੀ ਹੈ, ਤੇ ਜਦੋਂ ਉਹ ਮਰ ਜਾਂਦੀ ਹੈ, ਮਰੀ ਹੋਈ ਕਿਰਲੀ ਕਈ ਤਾਂ ਸਾਰੀ ਹੀ ਉਹ ਨੂੰ ਲੂਹ ਲੈਂਦੇ ਨੇ, ਤੇ ਕਈ ਉਹਦੀ ਸਿਰਫ ਪੂਛ ਲੈ ਕੇ ਉਹਨੂੰ ਲੂਹਦੇ ਨੇ, ਫਿਰ ਉਹਦਾ ਨਸ਼ਾ ਕਰਦੇ ਨੇ ਉਹਨੂੰ ਸਿਗਰਟ ਦੇ ਵਿੱਚ ਲਪੇਟ ਕੇ ਜਾਂ ਕਿਵੇਂ ਵੀ। ਦੇਖੋ ਗੱਲ ਇਹ ਹੈ ਵੀ ਕਿਉਂਕਿ ਪ੍ਰੋਗਰਾਮ ਦਾ ਨਾਮ ਪ੍ਰਾਈਮ ਵੂਮੈਨ ਹੈ, ਅਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਔਰਤਾਂ ਦੀ ਗੱਲ ਕਰੀਏ ਇਸ ਪ੍ਰੋਗਰਾਮ ਦੇ ਵਿੱਚ। ਅਤੇ ਮੈਂ ਜਿਹੜੇ ਅੰਕੜੇ ਪੜ੍ਹ ਰਹੀ ਸੀ, ਉਹ ਜਿਹੜੇ ਸਾਈਕੈਟ੍ਰਿਸਟ ਨੇ ਜਿਨ੍ਹਾਂ ਦੀ ਇੰਟਰਵਿਊ ਮੈਂ ਪੜ੍ਹ ਰਹੀ ਸੀ, ਮੈਨੂੰ ਬੜੀ ਹੈਰਾਨੀ ਹੋਈ। ਇੱਕ ਸੀਗੇ ਉਹ ਲੁਧਿਆਣਾ ਦੇ ਡਾਕਟਰ ਨੇ, ਉਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਮੈਂ ਹੁਣ ਤੱਕ ਕੋਈ 2000 ਦੇ ਨੇੜੇ ਤੇੜੇ ਜਿਹੜੇ ਕੇਸ ਨੇ ਉਹ ਵੇਖ ਚੁੱਕਿਆ ਨਸ਼ੇ ਨਾਲ ਜੁੜੇ ਹੋਏ, ਜਿਹਦੇ ਵਿੱਚੋਂ 100 ਦੇ ਨੇੜੇ ਤੇੜੇ ਜੇ ਮੈਂ ਕੇਸਿਸ ਦੀ ਗੱਲ ਕਰਾਂ, ਹੈ ਨਾ, ਵੀ ਜੇ ਆਪਾਂ ਅਨੁਪਾਤ ਹੀ ਲਾ ਲਈਏ ਤਾਂ 100 ਕੇਸ ਜੇ ਮੈਂ ਦੇਖਦਾ ਹਾਂ ਤਾਂ ਉਹ 100 ਕੇਸਾਂ ਦੇ ਵਿੱਚੋਂ 30 ਕੇਸ ਕਪਲ ਦੇ ਹੁੰਦੇ ਨੇ। ਅੱਛਾ, ਕਿ ਬੀਵੀ ਤੇ ਪਤੀ ਦੋਵੇਂ ਜਿਹੜੇ ਨੇ, ਘਰ ਵਾਲਾ ਘਰ ਵਾਲੀ, ਉਹ ਨਸ਼ੇ ਦੀ ਲੱਤ ਦਾ ਕਰਕੇ ਉਹ ਉਹਦੇ ਵਿੱਚ ਲਬਰੇਜ਼ ਨੇ। ਤੇ ਉਹ ਕਹਿੰਦੇ ਕਿ ਬਹੁਤ ਵਾਰ ਐਂ ਹੁੰਦਾ ਹੈ ਕਿ ਇਹ ਨਾ ਟਰਾਈ ਕਰਨ ਤੋਂ ਕਿ ਕਰਕੇ ਤਾਂ ਵੇਖ, ਕਰਕੇ ਤਾਂ ਵੇਖ, ਜਾਂ ਇਹ ਇੱਥੋਂ ਸ਼ੁਰੂ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ ਨਸ਼ੇ ਦੀ। ਜਾਂ ਫਿਰ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਕਹਿੰਦੇ ਵੀ ਜੋ ਅਸੀਂ ਹੁਣ ਤੱਕ ਦਾ ਸਿੱਟਾ ਸਾਹਮਣੇ ਬਾਹਰ ਕੱਢਿਆ ਉਹ ਇਹ ਹੈ ਕਿ ਕੁੜੀਆਂ ਆਪਣਾ ਜਿਹੜਾ ਸਟੇਟਸ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਕਹਿ ਲਓ ਵੀ ਛੋਟੇ ਪਰਿਵਾਰਾਂ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦਾ ਫਾਈਨੈਂਸ਼ੀਅਲ ਲੈਵਲ ਠੀਕ ਨਹੀਂ ਹੈਗਾ, ਹੈ ਨਾ, ਜਾਂ ਨਸ਼ਾ ਹੁੰਦਾ ਕਿ ਜਿਨ੍ਹਾਂ ਕੋਲ ਪੈਸਾ ਬਹੁਤ ਜ਼ਿਆਦਾ, ਹੈ ਨਾ, ਉਹ ਜਿਹੜੇ ਬੱਚੇ ਨੇ ਉਹ ਤੁਹਾਨੂੰ ਪਤਾ ਹੀ ਹੈ ਵੀ ਉਹ ਵਿਗੜ ਜਾਂਦੇ ਨੇ, ਹੈ ਨਾ। ਜਾਂ ਫਿਰ ਅੱਜ ਕੱਲ੍ਹ ਦਾ ਜੋ ਮਾਹੌਲ ਚੱਲ ਹੈ, ਜੋ ਅੰਕੜੇ ਕਹਿੰਦੇ ਨੇ, ਉਹ ਇਹ ਹੈ ਕਿ ਉਹ ਕੁੜੀਆਂ ਜਿਹੜੀਆਂ ਨੇ ਉਹ ਆਪਣੇ ਸ਼ੌਂਕ ਵੱਡੇ ਰੱਖਣਾ ਚਾਹੁੰਦੀਆਂ ਨੇ, ਆਪਣਾ ਸਟੇਟਸ ਸਿੰਬਲ ਵੱਡਾ ਕਰਨਾ ਚਾਹੁੰਦੀਆਂ ਨੇ, ਜਿਹਦੇ ਕਰਕੇ ਉਹ ਪਾਰਟੀਜ਼ ਦੇ ਵਿੱਚ ਜਾਣ ਲੱਗ ਜਾਂਦੀਆਂ ਨੇ। ਉਹਨਾਂ ਪਾਰਟੀਜ਼ ਦੇ ਵਿੱਚ ਹੁੱਕੇ ਹੱਕੇ ਅੱਜ ਕੱਲ੍ਹ ਆਮ ਨੇ, ਉੱਥੋਂ ਸੇਵਨ ਸ਼ੁਰੂ ਹੁੰਦਾ, ਜਾਂ ਇੱਕ ਪੈਗ ਤੋਂ ਸ਼ੁਰੂ ਹੁੰਦੀਆਂ ਨੇ, ਰੈੱਡ ਵਾਈਨ ਤੋਂ ਸ਼ੁਰੂ ਹੁੰਦੀਆਂ ਨੇ, ਉਹ ਜਦੋਂ ਫਿਰ ਅੱਗੇ ਜਾ ਕੇ ਡੋਜ਼ ਵੱਧ ਜਾਂਦੀ ਹੈ, ਫਿਰ ਅੱਗੇ ਜਾ ਕੇ ਜਦੋਂ ਉਹ ਆਦੀ ਹੋ ਜਾਂਦੀਆਂ ਨੇ ਕਿ ਹਾਂ ਵੀ ਇੱਕ ਹੀ ਹੈ, ਦੋ ਹੀ ਹੈ, ਤਿੰਨ ਹੀ
ਨਹੀਂ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਡੋਜ਼ ਵਧਣ ਲੱਗ ਜਾਂਦੀ ਹੈ, ਜਿਹਦੇ ਕਰਕੇ ਉਹ ਜਿਹੜੀਆਂ ਕੁੜੀਆਂ ਨੇ ਉਹ ਜਾਂ ਤਾਂ ਡਰੱਗ ਐਡਿਕਟ ਹੋ ਜਾਂਦੀਆਂ ਨੇ ਜਾਂ ਫਿਰ ਬਹੁਤ ਹਾਰਡ ਡਰਿੰਕਰਸ, ਜਿਹੜੀਆਂ ਕਿ ਹਾਰਡ ਅਲਕੋਹਲਿਕਸ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬਹੁਤ ਜ਼ਿਆਦਾ ਪੀਣ ਵਾਲੀਆਂ ਕੁੜੀਆਂ, ਦਾਰੂ ਦਾ ਬਹੁਤ ਜ਼ਿਆਦਾ ਸੇਵਨ ਕਰਨ ਵਾਲੀਆਂ ਕੁੜੀਆਂ ਉਹ ਬਣ ਜਾਂਦੀਆਂ ਨੇ। ਕਾਲਜਾਂ ਦੀ ਜਦੋਂ ਆਪਾਂ ਗੱਲ ਕਰਦੇ ਜਿਵੇਂ ਤੁਸੀਂ ਕੁੜੀਆਂ ਦੀ ਗੱਲ ਕੀਤੀ ਤਾਂ ਰਾਤ ਨੂੰ ਪੜ੍ਹਨਾ ਹੁੰਦਾ, ਜ਼ਿਆਦਾ ਦੇਰ ਤੱਕ ਜਾਗਣ ਲਈ ਕਈ ਵਾਰ ਇੱਥੋਂ ਵੀ ਸ਼ੁਰੂਆਤ ਹੁੰਦੀ ਹੈ ਵੀ ਉਹ ਨੀਂਦ ਦੀਆਂ ਗੋਲੀਆਂ ਲੈਂਦੀਆਂ ਨੇ ਕੁੜੀਆਂ, ਫਿਰ ਉਹ ਇੱਕ ਗੋਲੀ ਦੇ ਨਾਲ ਜਦੋਂ ਅਸਰ ਹੋਣਾ ਘੱਟ ਹੋ ਜਾਂਦਾ ਫਿਰ ਦੋ ਲੈਂਦੀਆਂ ਨੇ, ਤਿੰਨ ਲੈਂਦੀਆਂ ਨੇ, ਉਹਨਾਂ ਨੂੰ ਆਦਤ ਹੋ ਜਾਂਦੀ ਆ ਤੇ ਉੱਥੋਂ ਹੀ ਨਸ਼ਾ ਸ਼ੁਰੂ ਹੁੰਦਾ। ਔਰ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਸਟੇਟਸ ਦੀ, ਜਦੋਂ ਪਿੰਡਾਂ ਦੇ ਵਿੱਚੋਂ ਕੁੜੀਆਂ ਜਾਂਦੀਆਂ ਨੇ ਜਾਂ ਮੱਧਮ ਵਰਗ ਦੀਆਂ ਕੁੜੀਆਂ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੀਆਂ ਨੇ ਭਾਵੇਂ ਨੌਕਰੀ ਲਈ ਜਾਣ ਭਾਵੇਂ ਪੜ੍ਹਾਈ ਲਈ ਜਾਣ, ਤਾਂ ਉਹ ਜਦੋਂ ਅਮੀਰ ਕੁੜੀਆਂ ਨੂੰ ਵੇਖਦੀਆਂ ਨੇ ਵੀ ਇਹ ਤਾਂ ਇੱਦਾਂ ਜੀਂਦੀਆਂ ਨੇ ਹਨਾ, ਇਹ ਤਾਂ ਇੱਦਾਂ ਕਰਦੀਆਂ ਨੇ, ਹੁਣ ਜਿਹੜੀਆਂ ਅਮੀਰ ਕੁੜੀਆਂ ਨੇ ਕਈ ਵਾਰੀ ਉਹ ਸਮਗਲਿੰਗ ਵੀ ਕਰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਉਹਨਾਂ ਨੇ ਤਾਂ ਆਪਣਾ ਦਾਇਰਾ ਵਧਾਉਣਾ ਵੀ ਜਿੰਨਾ ਦਾਇਰਾ ਵਧਾਇਆ ਜਿੰਨੀਆਂ ਕੁੜੀਆਂ ਨੂੰ ਨਸ਼ਾ ਲਾਇਆ ਉਹਨੇ ਉਹ ਪੈਸੇ ਕਮਾਉਣਗੀਆਂ, ਤਾਂ ਉਹ ਜਿਹੜੀਆਂ ਪਿੰਡੋਂ ਆਈਆਂ ਮੱਧਮ ਵਰਗ ਦੀਆਂ ਨੇ ਉਹਨਾਂ ਨੂੰ ਫਿਰ ਜਾ ਕੇ ਉਹ ਸ਼ਿਕਾਰ ਬਣਾਉਂਦੀਆਂ ਨੇ ਵੀ ਇਹਨਾਂ ਨੂੰ ਲਾਈਏ ਨਸ਼ਾ। ਤੁਸੀਂ ਵੇਖੋ ਮੈਂ ਤਾਂ ਹਮੇਸ਼ਾ ਇੱਕ ਚੀਜ਼ ਸੋਚਦੀ ਹੁੰਦੀ ਹਾਂ ਕਿ ਸਰਕਾਰਾਂ ਚਾਹੇ ਜਿੰਨਾ ਮਰਜ਼ੀ ਮੂੰਹ ਮੋੜ ਲੈਣ ਵੀ ਨਸ਼ਾ ਹੈ ਨਹੀਂ, ਨਸ਼ਾ ਮੁਕਾਤਾ, ਜੇ ਵਾਕਈ ਨਸ਼ਾ ਮੁੱਕ ਚੁੱਕਿਆ, ਜੇ ਵਾਕਈ ਨਸ਼ਾ ਹੈ ਨਹੀਂ, ਤਾਂ ਇੱਕ ਚੀਜ਼ ਦਾ ਜਵਾਬ ਸਰਕਾਰ ਦੇ ਦੇਵੇ ਕਿ ਜੇਕਰ ਹਾਲਾਤ ਸੁਧਰ ਗਏ ਨੇ ਪੰਜਾਬ ਦੇ ਜਾਂ ਹਾਲਾਤ ਜਿਹੜੇ ਸੁਧਰੇ ਹੋਏ ਸੀ, ਕੁੜੀਆਂ ਨਸ਼ਾ ਨਹੀਂ ਸੀ ਕਰਦੀਆਂ, ਔਰਤਾਂ ਇਸ ਤੋਂ ਬਚੀਆਂ ਹੋਈਆਂ ਸੀ, ਤਾਂ ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਔਰਤਾਂ ਦੇ ਲਈ ਰੀਹੈਬਲੀਟੇਸ਼ਨ ਜਿਹੜਾ ਇੱਕ ਬਣਾਇਆ ਗਿਆ ਸੈਂਟਰ, ਜਿਹਨੂੰ ਆਪਾਂ ਨਸ਼ਾ ਛੁਡਾਊ ਕੇਂਦਰ ਕਹਿੰਦੇ ਹਾਂ, ਉਹਦੀ ਸਥਾਪਨਾ ਕਿਉਂ ਕੀਤੀ ਗਈ? ਕਪੂਰਥਲਾ ਦੇ ਵਿੱਚ ਵੀ ਹੁਣ ਸ਼ੁਰੂਆਤ ਹੋ ਗਈ ਹੈ, ਉੱਥੇ ਪਹਿਲਾਂ ਬੰਦਿਆਂ ਦਾ ਬਣਿਆ ਹੋਇਆ ਸੀ, ਹੁਣ ਉਹਨਾਂ ਨੇ ਲੇਡੀਜ਼ ਦੇ ਲਈ, ਔਰਤਾਂ ਲਈ ਵੀ ਬਣਾਇਆ ਔਰ ਬੱਚਿਆਂ ਲਈ ਵੀ ਬਣਾਇਆ ਖਾਸ ਕਰ, ਤੇ ਇਹਨਾਂ ਦੀ ਲੋੜ ਕਿਉਂ ਪੈ ਗਈ? ਇਹ ਔਰਤਾਂ ਨਾਲ ਜੁੜੇ ਹੋਏ ਹੋਰ ਵੀ ਤੱਥ ਹੈਗੇ ਨੇ ਸਾਡੇ ਕੋਲ, ਮੈਂ ਚਾਹੁੰਦੀ ਆਪਾਂ ਉਹਦੇ ਤੇ ਵੀ ਵਿਚਾਰ ਜ਼ਰੂਰ ਸਾਂਝੇ ਕਰੀਏ, ਪਰ ਵੇਲਾ ਵਕਫੇ ਦਾ ਹੋ ਗਿਆ, ਵਕਫੇ ਤੋਂ ਬਾਅਦ ਚ ਗੱਲ ਕਰਦੇ ਹਾਂ। ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਵਿਮਨ ਵਿੱਚ, ਔਰ ਅੱਜ ਗੱਲ ਹੋ ਰਹੀ ਹੈ ਨਸ਼ੇ ਦੀ। ਔਰ ਹਰਮਨ ਜੀ, ਜਦੋਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਕਿ ਕਿਸਮਾਂ ਦੀ ਨਸ਼ੇ ਦੀ ਨਾ, ਤੇ ਜਦੋਂ ਮੈਂ ਛਿਪਕਲੀ ਵਾਲੀ ਉਦਾਹਰਨ ਦੇ ਰਹੀ ਸੀ, ਹਾਲਾਂਕਿ ਹੈ ਤਾਂ ਇਹ ਬਹੁਤ ਕਹਿ ਲਓ ਕਾਣਤ ਜੀ ਭਰੀ ਗੱਲ ਆ, ਪਰ ਇਹ ਹੁੰਦਾ ਔਰ ਜੋ ਲੋਕ ਕਰਦੇ ਨੇ ਮੈਨੂੰ ਉਹਨਾਂ 'ਤੇ ਵੀ ਤਰਸ ਆਉਂਦਾ ਹੁੰਦਾ ਵੀ ਇਹ ਨਸ਼ਿਆਂ ਦੇ ਵਿੱਚ ਇੰਨੇ ਗਲਤਾਨ ਹੋ ਚੁੱਕੇ ਨੇ, ਉਹਨਾਂ ਨੂੰ ਇਹ ਜਿਹੜੇ ਤਰੀਕੇ ਅਪਣਾਉਣੇ ਪੈ ਰਹੇ ਨੇ। ਜਿਵੇਂ ਛਿਪਕਲੀ ਦੀ ਗੱਲ ਕਰ ਰਹੀ ਸੀ, ਉਸੇ ਤਰ੍ਹਾਂ ਉਹ ਮਨੋਵਿਗਿਆਨੀ ਮੈਨੂੰ ਦੱਸ ਰਹੇ ਸੀਗੇ, ਜਦੋਂ ਉਹਨੇ ਗੱਲ ਸ਼ੁਰੂ ਕੀਤੀ ਨਾ ਤਾਂ ਮੈਂ ਵਿੱਚੋਂ ਟੋਕ ਦਿੱਤਾ ਵੀ ਮੈਨੂੰ ਨਾ ਦੱਸੋ, ਇੰਨੀ ਕਾਣਤ ਆਈ। ਉਹ ਕਹਿੰਦੇ ਜਿਹੜਾ ਡੱਡੂ ਆ ਉਹਨੂੰ ਜਦੋਂ ਨਾ ਕੋਈ ਉਹਦੇ 'ਤੇ ਪੈਰ ਆ ਜਾਂਦਾ ਸਾਡਾ, ਸੁਣੋ ਸਹੀ, ਮੈਂ ਵੀ ਇਹੀ ਕਿਹਾ ਸੀਗਾ ਉਹਨਾਂ ਨੂੰ, ਇਹੀ ਮੇਰੇ ਵੀ ਜੈਸਚਰ ਸੀਗੇ ਵੀ ਮੈਂ ਨਹੀਂ ਸੁਣਨਾ। ਡੱਡੂ 'ਤੇ ਸਾਡਾ ਜਦੋਂ ਪੈਰ ਆ ਜਾਂਦਾ ਜਾਂ ਉਹ ਕਿਤੇ ਫਸ ਜਾਂਦਾ ਤਾਂ ਉਹ ਨਾ ਆਪਣੇ ਆਪ ਨੂੰ ਬਚਾਉਣ ਲਈ ਇੱਕ ਪਸੀਨੇ ਦੀ ਤਰ੍ਹਾਂ ਇੱਕ ਛੱਡਦਾ, ਉਹ ਪਸੀਨਾ ਛੱਡਦਾ ਨਾ, ਅਤੇ ਕਈ ਲੋਕ ਉਹਦੇ ਤੋਂ ਵੀ ਨਸ਼ਾ ਕਰਦੇ ਨੇ ਉਹਦੇ ਪਸੀਨੇ ਤੋਂ, ਕਿਉਂਕਿ ਉਹਦੇ ਵਿੱਚ ਵੀ ਨਸ਼ਾ ਹੁੰਦਾ। ਉਹ ਕਹਿੰਦੇ ਆਇਓਡੈਕਸ ਨੂੰ ਇੱਦਾਂ ਖਾ ਲੈਂਦੇ ਨੇ ਵੀ ਜਿਵੇਂ ਬਹੁਤ ਸਵਾਦੀ ਚੀਜ਼ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਜੋ ਵੀ ਇਹ ਨਸ਼ੇ ਦੇ ਤਰੀਕੇ ਨੇ, ਵੈਸੇ ਤਾਂ ਅੱਜ ਕੱਲ੍ਹ ਆਮ ਹੀ ਹੋ ਗਏ ਨੇ, ਸਾਰਿਆਂ ਨੂੰ ਪਤਾ ਨੇ ਵੀ ਕਿਵੇਂ ਕਿਵੇਂ ਨਸ਼ਾ ਹੁੰਦਾ ਹੈ। ਤੇ ਜਿਵੇਂ ਆਪਾਂ ਕੁੜੀਆਂ ਦੀ ਗੱਲ ਕਰ ਰਹੇ ਸੀ, ਅੱਛਾ ਕੁੜੀਆਂ ਨੂੰ ਲੈ ਕੇ ਨਾ ਇੱਕ ਹੋਰ ਜਿਹੜੇ ਤੱਥ ਸਾਹਮਣੇ ਆਏ ਉਹ ਇਹ ਨੇ ਵੀ ਕੁੜੀਆਂ ਲੁਕੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਨਸ਼ੇ ਦੇ ਆਦੀ ਹੁੰਦੀਆਂ ਨੇ, ਉਹਦੇ ਪਿੱਛੇ ਕਈ ਸਾਰੇ ਕਾਰਨ ਨੇ। ਜਿਵੇਂ ਇੱਕ ਮਨੋਵਿਗਿਆਨਿਕ ਦੱਸ ਰਹੇ ਸੀ, ਕਹਿੰਦੇ ਵੀ ਕੁੜੀਆਂ ਦੇ ਨਾਲ ਨਾ ਕਈ ਵਾਰ ਕੀ ਹੁੰਦਾ ਹੈ ਕਿ ਕੁੜੀਆਂ ਇਲਾਜ ਕਰਾਉਣਾ ਚਾਹੁੰਦੀਆਂ ਨੇ ਪਰ ਉਹ ਕਿਸੇ ਗਲਤ ਬੇਸ਼ਰਮ ਡਾਕਟਰ ਜਾਂ ਕਾਉਂਸਲਰ ਦੇ ਹੱਥ ਲੱਗ ਜਾਂਦੀਆਂ ਨੇ, ਜਿਹਦੇ ਕਰਕੇ ਅਗਲੇ ਉਹਦਾ ਫਾਇਦਾ ਚੱਕ ਲੈਂਦੇ ਨੇ ਤੇ ਫਿਰ ਉਹ ਹੋਰ ਜ਼ਿਆਦਾ ਨਸ਼ੇ ਦਾ ਆਦੀ ਹੋ ਜਾਂਦੀਆਂ ਨੇ, ਹਨਾ। ਦੂਸਰੀ ਜਿਹੜੀ ਸਮੱਸਿਆ ਉਹ ਇਹ ਸਮੱਸਿਆ ਵੀ ਘਰ ਦੇ ਉਹਨਾਂ ਨੂੰ ਲੁਕੋ ਕੇ ਰੱਖ ਲੈਂਦੇ ਨੇ ਵੀ ਬੰਦੇ ਜਿਹੜੇ ਨੇ ਉਹਨਾਂ ਨੂੰ ਤਾਂ ਅਸੀਂ ਨਸ਼ਾ ਛੁਡਾਊ ਕੇਂਦਰਾਂ 'ਚ ਭੇਜ ਦੇਵਾਂਗੇ ਪਰ ਜੇ ਕੁੜੀ ਨੂੰ ਭੇਜਾਂਗੇ ਤਾਂ ਫਿਰ ਕੀ ਹੋਏਗਾ, ਜਿਹਦੇ ਕਰਕੇ ਉਹ ਨਸ਼ੇ ਦੇ ਜਾਂ ਆਦੀ ਰਹਿੰਦੀਆਂ ਨੇ ਤੇ ਉਹ ਜਿਹੜਾ ਨਸ਼ਾ ਹੈ ਉਹ ਖਤਮ ਨਹੀਂ ਹੋ ਪਾਉਂਦਾ, ਹਨਾ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਕਰਕੇ ਹੁਣ ਜਿਹੜੀਆਂ ਕੁੜੀਆਂ ਨੇ, ਹਨਾ, ਇਹ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਸਟੇਟਸ ਸਿੰਬਲ ਨੂੰ ਵਧਾਉਣ ਦੇ ਲਈ ਆਪਣੇ ਸੁਪਨੇ ਕਹਿ ਲਓ ਜਿਹੜੇ ਵੱਡੇ ਵੱਡੇ ਵੇਖੇ ਹੁੰਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਾਂ ਇੱਕ ਆਮ ਜਿਹੜੀ ਧਾਰਨਾ ਬਣ ਗਈ ਹੈ ਕਿ ਜਿਨ੍ਹਾਂ ਨੇ ਆਪਣਾ ਇੱਕ ਦਾਇਰਾ ਵਧਾਉਣਾ ਹੈ, ਜਿਨ੍ਹਾਂ ਨਸ਼ਾ ਵੇਚਣਾ ਹੈ, ਉਹ ਇਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਪਾ ਕੇ ਅਤੇ ਇਹਨਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦੇ ਨੇ। ਇੱਕ ਹੋਰ ਕਾਰਨ ਇਹ ਸੁਣਨ 'ਚ ਥੋੜ੍ਹਾ ਜਿਹਾ ਅਟਪਟਾ ਲੱਗੂਗਾ ਪਰ ਜਦੋਂ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਵੀ ਜਦੋਂ ਨੀਂਦ ਦੀਆਂ ਗੋਲੀਆਂ ਖਾਂਦੀਆਂ ਨੇ ਜਾਂ ਸਟੇਟਸ ਦੇ ਲਈ ਉਹ ਨਸ਼ਾ ਕਰਨਾ ਸ਼ੁਰੂ ਕਰ ਦਿੰਦੀਆਂ ਨੇ, ਇੱਕ ਹੋਰ ਚੀਜ਼ ਆ ਵੀ ਜਦੋਂ ਉਹ ਰਿਲੇਸ਼ਨ ਦੇ ਵਿੱਚ ਆ ਜਾਂਦੀਆਂ ਨੇ, ਕਿਸੇ ਮੁੰਡੇ ਦੇ ਨਾਲ ਰਿਲੇਸ਼ਨ 'ਚ ਆਉਂਦੀਆਂ ਨੇ, ਤਾਂ ਇੱਥੋਂ ਵੀ ਸ਼ੁਰੂਆਤ ਹੁੰਦੀ ਆ ਬਿਲਕੁਲ ਕਿ ਜਦੋਂ ਉਹਨਾਂ ਨੇ ਮਿਲਣਾ ਹੁੰਦਾ, ਹੁਣ ਮਿਲਣ ਤੋਂ ਇੱਥੇ ਮੇਰਾ ਭਾਵ ਕੀ ਆ ਤੁਸੀਂ ਸਮਝਦੇ ਹੋਵੋਗੇ, ਦਰਸ਼ਕ ਵੀ ਸਮਝਦੇ ਹੋਣਗੇ, ਤਾਂ ਉਹ ਉਹਨਾਂ ਨੂੰ ਮੁੰਡੇ ਜਿਹੜੇ ਨੇ ਉਹ ਕੁੜੀਆਂ ਨੂੰ ਇਹ ਕਹਿੰਦੇ ਨੇ ਵੀ ਇੱਕ ਪੈਗ ਲਗਾ ਲਾ ਜਾਂ ਦੋ ਪੈਗ ਲਗਾ ਲਾ, ਹਨਾ, ਆਪਾਂ ਇੰਜੋਏ ਕਰਾਂਗੇ।
ਇਹ ਹਾਲਾਤ ਦਿਨੋ ਦਿਨ ਬਹੁਤ ਜ਼ਿਆਦਾ। ਮੈਨੂੰ ਨਾ ਆਪਣੇ ਸਾਇੰਸ ਵਾਲੇ ਟੀਚਰ ਦੀ ਗੱਲ ਆਉਂਦੀ ਹੁੰਦੀ ਸੀ ਯਾਦ, ਉਹ ਕਹਿੰਦੇ ਸੀ ਵੀ ਮੁੰਡਿਆਂ ਨੂੰ ਤਾਂ ਮੰਨ ਲਓ ਵੀ ਇਹ ਗੰਦੀ ਪ੍ਰਵਿਰਤੀ ਦੇ ਮਾਲਕ ਨੇ, ਇਹ ਕਰੈਕਟਰ ਪੱਖੋਂ ਮਾੜੇ ਨੇ, ਨਸ਼ਾ ਕਰਦੇ ਨੇ, ਉਹਨਾਂ ਨੂੰ ਇੱਕ ਮਾੜੇ ਇਨਸਾਨ ਦੇ ਤੌਰ 'ਤੇ ਮੰਨ ਲਓ, ਪਰ ਜਿਹੜੀਆਂ ਤੁਸੀਂ ਕੁੜੀਆਂ ਹੋ ਨਾ, ਤੁਸੀਂ ਇਹਨਾਂ ਤੋਂ ਬਚ ਕੇ ਰਹਿਣਾ, ਤੁਸੀਂ ਇਹਨਾਂ ਦੇ ਕੋਲ ਇੰਨੀ ਨੇੜਤਾ ਨਹੀਂ ਵਧਾਉਣੀ ਵੀ ਤੁਸੀਂ ਇਹਨਾਂ ਦੇ ਚੰਗੁਲ 'ਚ ਫਸ ਜਾਓ ਔਰ ਜੋ ਇਹ ਤੁਹਾਨੂੰ ਕਹਿਣ ਉਹੀ ਤੁਹਾਨੂੰ ਕਰਨਾ ਪਵੇ। ਬਿਲਕੁਲ ਠੀਕ ਹੈ, ਅਤੇ ਇਹ ਅੰਕੜੇ ਜਿਹੜੇ ਨੇ ਇਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ, ਪਰ ਇੱਥੇ ਮੈਂ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗੀ। ਆ ਪਿੱਛੇ ਜੇ ਮੈਨੂੰ ਖਬਰ ਪੜ੍ਹ ਕੇ ਵੈਸੇ ਤਾਂ ਚੰਗਾ ਲੱਗਿਆ ਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹ ਹੁਣ ਇਕੱਠੀਆਂ ਹੋ ਕੇ ਅਤੇ ਨਸ਼ੇ ਦੇ ਖਿਲਾਫ਼ ਕਹਿੰਦੇ ਲੜਨਗੀਆਂ। ਇਹਦੇ ਲਈ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨੇ ਵੀ ਕਈਆਂ ਨੂੰ ਜਿਹੜੇ ਪੱਤਰ ਨੇ ਉਹ ਦਿੱਤੇ ਸੀ, ਇਹ ਤਾਂ ਖੈਰ ਸਰਕਾਰੀ ਚੌਂਚਲੇ ਹੁੰਦੇ ਨੇ, ਪਰ ਉਹਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਉਹ ਮੈਨੂੰ ਵਾਜਬ ਲੱਗੀ। ਕਹਿੰਦੇ ਵੀ ਇੱਕ ਔਰਤ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਵੀ ਉਹਦਾ ਪਤੀ, ਉਹਦਾ ਭਰਾ, ਉਹਦਾ ਉਹਦੀ ਭੈਣ, ਉਹਦੀ ਬੱਚੀ ਔਲਾਦ ਕਿਹੜੇ ਰਾਹ ਦੇ ਉੱਪਰ ਤੁਰ ਰਹੀ ਹੈ। ਅਤੇ ਜੇਕਰ ਔਰਤਾਂ ਸੰਜੀਦਗੀ ਦੇ ਨਾਲ ਆਪਣੇ ਘਰ ਦੇ ਵਿੱਚ, ਜਦੋਂ ਆਪਾਂ ਪਤਾ ਕੀ ਹੁੰਦਾ ਕਈ ਵਾਰੀ ਕੀ ਕਰਦੇ ਹਾਂ ਕਿ ਜਦੋਂ ਆਪਣੇ ਬੱਚੇ ਦਾ ਕੋਈ ਬਿਹੇਵੀਅਰ ਬਦਲਦਾ ਹੈ, ਉਹਦੇ ਗੱਲਬਾਤ ਕਰਨ ਦਾ ਢੰਗ ਤਰੀਕਾ ਬਦਲਦਾ ਹੈ, ਉਹਦਾ ਰਹਿਣ ਸਹਿਣ ਬਦਲਦਾ ਹੈ, ਤਾਂ ਅਸੀਂ ਉਹਨੂੰ ਇਗਨੋਰ ਕਰ ਦਿੰਦੇ, ਅਣਦੇਖਿਆ ਕਰ ਦਿੰਦੇ ਵੀ ਨਹੀਂ ਇਹ ਵੱਡਾ ਹੋ ਰਿਹਾ ਨਾ, ਜਾਂ ਇਹ ਨਾ ਅੱਜ ਕੱਲ੍ਹ ਦੇ ਦੋਸਤ ਐਵੇਂ ਦੇ ਨੇ ਨਾ, ਅਸੀਂ ਦੂਸਰੇ ਦੇ ਉੱਪਰ ਹਮੇਸ਼ਾ ਇਲਜ਼ਾਮ ਮੜਦੇ ਹਾਂ। ਪਰ ਜੇਕਰ ਉਦੋਂ ਹੀ ਬੱਚੇ ਨੂੰ ਰੋਕ ਲਿਆ ਜਾਏ, ਉਹਨੂੰ ਸਮਝਾ ਦਿੱਤਾ ਜਾਏ, ਜਾਂ ਉਦੋਂ ਹੀ ਕੋਈ ਪੁਖਤਾ ਜਿਹੜੇ ਕਦਮ ਨੇ ਉਹ ਚੱਕ ਲਏ ਜਾਣ, ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਦਲਦਲ ਹੈ ਇਹਚੋਂ ਬੱਚੇ ਨੂੰ ਕੱਢਿਆ ਜਾ ਸਕਦਾ। ਕਿਉਂਕਿ ਹਰਮਨ ਜੀ ਦੇਖੋ ਨਾ, ਅਸੀਂ ਦਰਖਤ ਤਾਂ ਹੁਣ ਇੱਕ ਵੱਧ ਗਿਆ ਨਾ ਜਿਹੜਾ ਨਸ਼ੇ ਦਾ, ਅਸੀਂ ਕਹਿ ਦਿੰਦੇ ਹਾਂ ਵੀ ਇਹਦੇ ਪੱਤਿਆਂ ਨੂੰ ਬਚਾਉਣ ਲਈ ਕੋਈ ਛਿੜਕਾਅ ਕਰ ਦਈਏ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਇਹਦੇ ਜੜ 'ਚ ਟੀਕਾ ਲਾਈਏ, ਜੜ 'ਚ ਜਿਹੜੇ ਕੀੜੇ ਨੇ ਉਹ ਮਟਾਈਏ। ਜੀ ਜੀ, ਬਿਲਕੁਲ ਤੁਹਾਡੀ ਗੱਲ ਵਾਜਬ ਆ ਵੀ ਸਾਨੂੰ ਸ਼ੁਰੂ ਤੋਂ ਹੀ ਜਦੋਂ ਇਹ ਸ਼ੁਰੂ ਹੁੰਦਾ ਉਦੋਂ ਤੋਂ ਹੀ ਸਾਨੂੰ ਧਿਆਨ ਰੱਖਣਾ ਚਾਹੀਦਾ। ਮੰਨ ਲਓ ਕਿ ਤੁਹਾਡਾ ਬੱਚਾ ਜਿਹੜਾ ਉਹ ਬਾਥਰੂਮ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦਾ ਹੈ ਨਾ, ਉੱਤੇ ਵੀ ਧਿਆਨ ਰੱਖਣਾ ਚਾਹੀਦਾ ਵੀ ਇਹ ਕਿਉਂ ਬਾਥਰੂਮ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦਾ। ਬਿਲਕੁਲ ਬਿਲਕੁਲ, ਜੇਕਰ ਤੁਹਾਡਾ ਬੱਚਾ ਕੱਲ ਪੁਣੇ ਦਾ ਸ਼ਿਕਾਰ ਹੋ ਰਿਹਾ, ਉਹ ਕੱਲਾ ਰਹਿਣਾ ਚਾਹੁੰਦਾ ਹੈ, ਉਹ ਜ਼ਿਆਦਾ ਸਮਾਂ ਕੱਲਾ ਬਤੀਤ ਕਰਦਾ, ਤਾਂ ਉਹਦੇ ਪਿੱਛੇ ਵੀ ਕਾਰਨ ਜਾਣਨ ਦੀ ਲੋੜ ਹੈ। ਇਕੱਲਾਪਣ ਵੀ, ਔਰ ਜਦੋਂ ਬੱਚਾ ਤੁਹਾਡਾ ਘਰ ਤੋਂ ਬਾਹਰ ਰਹਿਣ ਦੀਆਂ ਨਾ ਜਿਹੜੀਆਂ ਤਰੀਕੇ ਨੇ ਉਹ ਭਾਲਦਾ, ਬਹਾਨੇ ਭਾਲਦਾ, ਮੈਂ ਦੋਸਤਾਂ ਨਾਲ ਚੱਲਿਆ, ਮੈਂ ਪਾਰਟੀ ਤੇ ਚੱਲਿਆ, ਅਸੀਂ ਉੱਥੇ ਘੁੰਮਣ ਚੱਲੇ ਹਾਂ, ਮੇਲੇ ਚੱਲੇ ਹਾਂ ਨਾ, ਉਹ ਜ਼ਿਆਦਾ ਦੇਰ ਜਦੋਂ ਘਰ ਤੋਂ ਬਾਹਰ ਰਵੇ ਤੇ ਰਾਤ ਨੂੰ ਦੇਰ ਨਾਲ ਘਰ ਆਵੇ, ਉਦੋਂ ਵੀ ਬੱਚੇ ਤੇ ਨਿਗਾਹ ਰੱਖਣੀ ਚਾਹੀਦੀ ਹੈ। ਖਾਸ ਕਰਕੇ ਜਦੋਂ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਦੇਖੋ ਸਮੱਸਿਆਵਾਂ ਹਰੇਕ ਦੇ ਮੂਹਰੇ ਆਉਂਦੀਆਂ ਨੇ, ਚਾਹੇ ਉਹ ਕੋਈ ਵੀ ਹੋਵੇ, ਤੇ ਜ਼ਿੰਦਗੀ ਤਾਂ ਵੈਸੇ ਵੀ ਕਹਿੰਦੇ ਵੀ ਇਟਸ ਨਾਟ ਅ ਬੈਡ ਆਫ ਰੋਜ਼ਸ, ਇਹ ਇੱਕ ਕੋਈ ਫੁੱਲਾਂ ਦਾ ਬਿਸਤਰਾ ਨਹੀਂ ਹੈਗਾ, ਇਹ ਕੰਢਿਆਂ ਦਾ ਤਾਜ ਹੈ ਸਿਰ ਦੇ ਉੱਪਰ ਪਾਉਣਾ ਪੈਂਦਾ। ਸੋ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ, ਬਹੁਤ ਵਾਰ ਡਿਪਰੈਸ਼ਨ, ਸਟ੍ਰੈਸ ਵੀ ਨਸ਼ੇ ਕਰਨ ਦਾ ਇੱਕ ਕਾਰਨ ਬਣ ਜਾਂਦਾ, ਸੋ ਆਪਣੇ ਘਰ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਸਿਰਜ ਕੇ ਰੱਖੋ, ਇਹੋ ਜਿਹਾ ਮਾਹੌਲ ਬਣਾ ਕੇ ਰੱਖੋ ਕਿ ਤੁਹਾਡੇ ਬੱਚੇ ਜਾਂ ਤੁਹਾਡੇ ਘਰ ਦੇ ਜਿੰਨੇ ਵੀ ਮੈਂਬਰਸ ਨੇ ਉਹ ਇੱਕ ਦੂਜੇ ਦੇ ਨਾਲ ਹਰੇਕ ਗੱਲ ਸਾਂਝੀ ਕਰ ਸਕਣ, ਤਾਂ ਜੋ ਉਹਨਾਂ ਦੇ ਗੱਲ ਕਹਿ ਲਓ ਦਿਲ ਦੇ ਵਿੱਚ ਕੋਈ ਗੱਲ ਜਿਹੜੀ ਉਹ ਘਰ ਨਾ ਕਰ ਸਕੇ, ਜਿਹੜੀ ਕਿ ਉਹਨੂੰ ਅੰਦਰੋਂ ਘੁਣ ਵਾਂਗੂ ਖਾਂਦੀ ਰਹੇ, ਤੇ ਫਿਰ ਬੰਦਾ ਉਹਦੇ ਤੋਂ ਬਚਣ ਦੇ ਲਈ ਵੀ ਨਸ਼ੇ ਦਾ ਆਦੀ ਹੋ ਜਾਂਦਾ। ਸੋ ਜਿਵੇਂ ਸਟ੍ਰੈਸ ਦੇ ਵਿੱਚ ਹੈ ਤਾਂ ਉਹਦੇ ਨਾਲ ਗੱਲਬਾਤ ਕਰਕੇ ਉਹਦਾ ਰਾਹ ਜ਼ਰੂਰ ਕੱਢੋ। ਜਿਵੇਂ ਬੱਚਾ ਤੁਹਾਡਾ ਭਾਵੇਂ ਕੁੜੀ ਚਾਹੇ ਮੁੰਡਾ ਰਾਤ ਨੂੰ ਕੁੰਡੀ ਲਗਾ ਕੇ ਅੰਦਰੋਂ ਸੌਂ ਜਾਂਦਾ ਨਾ, ਉਹ ਕੁੰਡੀ ਨਹੀਂ ਖੋਲਦਾ, ਤੁਸੀਂ ਖੜਕਾਉਂਦੇ ਰਹਿੰਦੇ ਹੋ, ਸੌਣ ਦਾ ਬਹਾਨਾ ਕਰ ਦਿੰਦਾ, ਉਦੋਂ ਵੀ ਉਹਦੇ 'ਤੇ ਧਿਆਨ ਰੱਖਣਾ ਚਾਹੀਦਾ। ਫਿਰ ਜਦੋਂ ਉਹਦੇ ਤੁਹਾਡੇ ਬੱਚੇ ਦੇ ਨਵੇਂ ਨਵੇਂ ਦੋਸਤ ਬਣਨੇ ਸ਼ੁਰੂ ਹੋ ਜਾਂਦੇ ਨੇ, ਕਦੇ ਕੋਈ ਘਰੇ ਆ ਗਿਆ, ਕਦੇ ਉਹ ਕਿਸੇ ਦੇ ਫੋਨ 'ਤੇ ਚਲਾ ਗਿਆ ਜਾਂ ਚਲੀ ਗਈ, ਹੈ ਨਾ, ਫਿਰ ਇੱਕ ਮੈਂ ਵੇਖਿਆ ਕਿ ਕੁੜੀਆਂ ਦੇ ਵਿੱਚ ਨਾ ਜਿਹੜੀਆਂ ਐਕਟਿਵਾ ਚਲਾਉਂਦੀਆਂ ਨੇ, ਕਈ ਵਾਰ ਕੁੜੀਆਂ ਦੇ ਵਿੱਚ ਪੈਟਰੋਲ ਸੁੰਘਣ ਦਾ ਵੀ ਨਸ਼ਾ ਪੈਦਾ ਹੋ ਜਾਂਦਾ ਜੀ, ਸੋ ਉਹ ਵੀ ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਵੀ ਇਹੋ ਜਿਹੇ ਜਿਹੜੇ ਨਸ਼ਾ ਕਰਨ ਦੇ ਨਵੇਂ ਨਵੇਂ ਤਰੀਕੇ ਅੱਜ ਕੱਲ ਚੱਲ ਪਏ ਨੇ, ਇਹ ਤੁਹਾਡਾ ਬੱਚਾ ਕਿਤੇ ਇਹਦਾ ਸ਼ਿਕਾਰ ਤਾਂ ਨਹੀਂ ਹੋ ਗਿਆ? ਜਿਨ੍ਹਾਂ ਦੇ ਨਾਲ ਵੀ ਤੁਹਾਡਾ ਬੱਚਾ ਘੁੰਮਦਾ ਫਿਰਦਾ ਜਾਂ ਰਹਿੰਦਾ ਹੈ, ਉਹ ਲੋਕ ਕਿਵੇਂ ਦੇ ਨੇ, ਇਹਦੀ ਪੁਖਤਾ ਜਾਣਕਾਰੀ ਤੁਹਾਡੇ ਕੋਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਜਦੋਂ ਸਾਰੇ ਰਲ ਮਿਲ ਕੇ ਇਕੱਠੇ ਹੋ ਜਾਂਦੇ ਨੇ, ਤੇ ਜੇ ਤਾਂ ਸਾਰੇ ਚੰਗੇ ਹੋਣ ਤਾਂ ਉਹ ਚੰਗੇ ਰਾਹ ਪੈਂਦੇ ਨੇ, ਜੇ ਉਹਨਾਂ 'ਚੋਂ ਇੱਕ ਵੀ ਕੋਈ ਮਾੜਾ ਹੋਵੇ ਤਾਂ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਦੀ ਹੈ। ਔਰ ਹਮੇਸ਼ਾ ਸਾਡੀ ਨਾ ਇਹ ਇਹ ਧਾਰਨਾ ਬਣ ਜਾਂਦੀ ਹੈ ਵੀ ਕੋਈ ਗੱਲ ਨਹੀਂ, ਸਾਡਾ ਬੱਚਾ ਸ਼ਰਾਬ ਹੀ ਪੀਂਦਾ ਕਿਤੇ ਕਿਤੇ, ਇਹ ਕਿਹੜਾ ਸਮੈਕ ਪੀਂਦਾ, ਇਹ ਕਿਹੜਾ ਚਿੱਟਾ ਖਾਂਦਾ, ਸ਼ੁਰੂਆਤ ਸ਼ਰਾਬ ਤੋਂ ਹੀ ਹੁੰਦੀ ਹੈ। ਸੋ ਉੱਥੋਂ ਹੀ ਬੱਚੇ ਨੂੰ ਮਟਾਉਣਾ ਚਾਹੀਦਾ। ਔਰ ਆਖਿਰ ਦੇ ਵਿੱਚ ਮੈਂ ਕੁਝ ਲਾਈਨਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਜੋ ਕਿ ਸ਼ਰਾਬ 'ਤੇ ਹੀ ਹੈ ਜੀ, ਕਿ ਲੱਖਾਂ ਉਜਾੜੇ ਨੇ ਘਰ ਸ਼ਰਾਬ ਨੇ, ਇਹਨੂੰ ਪੀ ਕੇ ਨਾ ਕੋਈ ਆਬਾਦ ਹੋਇਆ ਜੀ। ਲੱਖਾਂ ਉਜਾੜੇ ਨੇ ਘਰ ਸ਼ਰਾਬ ਨੇ, ਇਹਨੂੰ ਪੀ ਕੇ ਨਾ ਕੋਈ ਆਬਾਦ ਹੋਇਆ, ਜੋ ਵੀ ਫਸਿਆ ਮੋਹਣੀ ਜਾਲ ਦੇ ਅੰਦਰ, ਮਨ ਮੋਹਣੀ ਇਹ ਕੱਲ ਕਹਿੰਦੇ ਹੁੰਦੇ ਮਾਇਆ ਵੀ ਮੋਹਣੀ ਤੇ ਸ਼ਰਾਬ ਵੀ ਮੋਹਣੀ, ਜੋ ਵੀ ਫਸਿਆ ਮੋਹਣੀ ਜਾਲ ਦੇ ਅੰਦਰ ਉਹੀ ਮਰਿਆ ਕਦੇ ਨਾ ਆਜ਼ਾਦ ਹੋਇਆ। ਸਾਨੂੰ ਲੱਗਦਾ ਵੀ ਅਸੀਂ ਆਪਣੇ ਤਣਾਅ ਤੋਂ ਆਜ਼ਾਦੀ ਪਾ ਲਵਾਂਗੇ, ਪਰ ਇਹਨੂੰ ਪਾ ਕੇ ਬੰਦਾ ਆਪਣੀ ਹੋਰ ਦਲਦਲ ਚ ਜ਼ਿੰਦਗੀ ਤੋਂ ਹੀ ਆਜ਼ਾਦੀ ਪਾ ਸਕਦਾ ਮੇਰੇ ਖਿਆਲ ਨਾਲ। ਜੀ ਬਿਲਕੁਲ। ਸੋ ਬਾਕੀ ਹੁਣ ਵੇਲਾ ਹੀ
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।